ਜਿਨ੍ਹਾਂ ਤਿੰਨ ਲੋਕਾਂ ਨੂੰ ਪਾਰਟੀ ਨੇ ਪਾਰਟੀ 'ਚੋਂ ਕੱਢ ਕੇ ਲਾਂਭੇ ਕੀਤਾ ਆ, ਇਹਨਾਂ ਹੀ ਗੱਲਾਂ ਕਰਕੇ ਸਾਨੂੰ ਲਾਂਭੇ ਕੀਤਾ ਆ ਕਿ ਜਦੋਂ ਵੀ ਕੋਈ ਇਹੋ ਜਿਹੀਆਂ ਮਾੜੀਆਂ ਘਟਨਾਵਾਂ ਵਾਪਰਦੀਆਂ ਸੀ ਅਸੀਂ ਉਹਨਾਂ ਦੀ ਆਵਾਜ਼ ਬੁਲੰਦ ਕਰਦੇ ਸੀ। ਜਿਵੇਂ ਪਿੱਛੇ ਤੁਸੀਂ ਸਾਰਿਆਂ ਨੇ ਵੇਖਿਆ ਕਿ ਬਰਗਾੜੀ ਕਾਂਡ ਹੋਇਆ, ਬਹਿਬਲ ਕਲਾਂ ਕਾਂਡ ਹੋਇਆ, ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਬਹੁਤ ਵੱਡੀ ਸੱਟ ਵੱਜੀ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਰਾਸ਼ਟਰੀਕਰਨ ਹੋ ਗਿਆ, ਔਰ ਅੱਜ ਜੋ ਕੁਝ ਉੱਥੇ ਸੁਖਬੀਰ ਸਿੰਘ ਕਹਿੰਦਾ, ਜਿਹੜਾ ਕਿ ਮੈਂਬਰ ਵੀ ਨਹੀਂ ਸ਼੍ਰੋਮਣੀ ਕਮੇਟੀ ਦਾ, ਉਹੀ ਕੁਛ ਉੱਥੇ ਹੁੰਦਾ, ਹੱਥ ਠੋਕੇ ਪ੍ਰਧਾਨ ਬਣਦੇ ਨੇ ਔਰ ਜੋ ਉਹ ਕਹਿੰਦੇ ਨੇ ਉਹਦੇ ਮੁਤਾਬਕ ਉਹ ਪ੍ਰਧਾਨ ਚੱਲਦੇ ਆ। ਅੱਜ ਜਿਹੜਾ ਬਹੁਤ ਹੀ ਇਤਿਹਾਸਕ ਮੈਂ ਸਮਝਦਾ ਸਿੱਖ ਕੌਮ ਦਾ ਹੈਰੀਟੇਜ ਸੀਗਾ, 300 ਸਾਲ ਪੁਰਾਣੀ ਉਹ ਡਿਊੜੀ ਬਣੀ ਹੋਈ ਆ, ਅਸੀਂ ਇਹ ਕਿਹੜੇ ਪਾਸੇ ਨੂੰ ਜਾ ਰਹੇ ਹਾਂ? ਉਹ ਕੌਮਾਂ ਜਿੰਦਾ ਰਹਿੰਦੀਆਂ ਨੇ ਜਿਹੜੀਆਂ ਆਪਣੀਆਂ ਵਿਰਾਸਤਾਂ ਸਾਂਭ ਕੇ ਰੱਖਦੀਆਂ, ਆਪਣੇ ਹੈਰੀਟੇਜ ਸਾਂਭ ਕੇ ਰੱਖਦੇ ਆ, ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਹੈਰੀਟੇਜ ਮੁਕਾਈ ਜਾ ਰਹੀ ਹੈ। ਅੱਜ ਦੂਸ਼ਣ ਲਾਇਆ ਜਾ ਰਿਹਾ ਕਿ ਕਿਸੇ ਬਾਬੇ ਨੇ ਉਹ ਡੇੜੀ ਢਾਤੀ ਆ, ਅੱਜ ਬਾਬੇ ਦਾ ਬਿਆਨ ਆਇਆ ਕਿ ਇਹਨਾਂ ਨੇ ਮਤਾ ਪਾਇਆ ਆ ਢਾਉਣ ਦਾ, ਮੈਂ ਤਾਂ ਇਹ ਢਾਈ ਆ। ਇਹ ਸਾਰੀਆਂ ਗੱਲਾਂ ਇਹ ਮਿਲ ਜੁਲ ਕੇ ਕਰ ਰਹੇ ਆ ਅਤੇ ਖਾਲਸਾ ਪੰਥ ਦੇ ਸਿਧਾਂਤ ਦੇ ਖਿਲਾਫ ਨੇ। ਉਹ ਵਿਰਾਸਤ ਸੀ ਕੌਮ ਦੀ, ਉਹ ਢਾਉਣ ਦੀ ਮੈਂ ਨਿਖੇਧੀ ਕਰਦਾ, ਔਰ ਜਿਨ੍ਹਾਂ ਜਿਹੜੇ ਲੋਕ ਇਹਦੇ ਵਾਸਤੇ ਦੋਸ਼ੀ ਨੇ, ਮੈਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੂੰ ਬੇਨਤੀ ਕਰਦਾ ਕਿ ਉਹਨਾਂ ਨੂੰ ਅਕਾਲ ਤਖਤ 'ਤੇ ਤਲਬ ਕੀਤਾ ਜਾਵੇ, ਭਾਵੇਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਆ ਅਤੇ ਭਾਵੇਂ ਕੋਈ ਬਾਬਾ ਆ ਜਾਂ ਕੋਈ ਵੀ ਆ, ਜਿਹੜਾ ਇਹਦੇ ਵਾਸਤੇ ਦੋਸ਼ੀ ਆ ਉਹਨਾਂ ਨੂੰ ਬੁਲਾ ਕੇ ਜੋ ਸਾਡੀ ਕੌਮੀ ਮਰਿਆਦਾ ਉਹਦੇ ਮੁਤਾਬਕ ਉਹਨੂੰ ਸਜ਼ਾ ਦਿੱਤੀ ਜਾਵੇ। ਉਹਦੇ ਤੋਂ ਅੱਗੇ ਉਹਨਾਂ ਨੇ ਅਦਾਲਤ ਦੇ ਹੁਕਮ ਲੈ ਲਏ ਨੇ ਕਿ ਜਿਹੜਾ ਆਪਣੇ ਸੌਦਾ ਸਾਧ ਆ ਉਹਦੀ ਇਨਵੈਸਟੀਗੇਸ਼ਨ ਜਾ ਕੇ ਉਹ ਜੇਲ੍ਹ ਵਿੱਚ ਜਾਣਗੇ ਅਤੇ ਉਹਦੀ ਇਨਵੈਸਟੀਗੇਸ਼ਨ ਕਰਨਗੇ। ਮੈਂ ਸਮਝਦਾ ਬੜਾ ਚੰਗਾ ਸਟੈਪ ਆ। ਇਹ ਇੱਕ ਦੋਸ਼ੀ ਜਿਹੜਾ ਸਾਰਿਆਂ 'ਚੋਂ ਆ ਮੇਜਰ ਦੋਸ਼ੀ, ਉਹ ਇਹੋ ਸੌਦਾ ਸਾਧ ਆ ਜਿਹਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਆਪਣੇ ਚੇਲਿਆਂ ਕੋਲੋਂ। ਇਹ ਮੈਂ ਸਿੱਟ ਦੀ ਇਸ ਐਕਸ਼ਨ ਦੀ ਪ੍ਰਸ਼ੰਸਾ ਕਰਨਾ, ਲੇਕਿਨ ਨਾਲ ਹੀ ਉਹਨਾਂ ਨੂੰ ਇਹ ਵੀ ਕਹਿੰਦਾ ਕਿ ਜਿਨ੍ਹਾਂ ਲੋਕਾਂ ਨੇ ਗੋਲੀ ਚਲਾਉਣ ਦੇ ਹੁਕਮ ਦੇ ਕੇ ਦੋ ਸਿੰਘ ਸ਼ਹੀਦ ਕੀਤੇ ਨੇ, ਉਹਨਾਂ ਲੋਕਾਂ ਤੱਕ ਵੀ ਇਹਨਾਂ ਨੂੰ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਆ, ਔਰ ਜਿਹੜਾ ਵੀ ਕੋਈ ਦੋਸ਼ੀ ਆ ਉਹ ਭਾਵੇਂ ਕਿੱਡਾ ਵੀ ਵੱਡਾ ਆਦਮੀ ਕਿਉਂ ਨਾ ਹੋਵੇ, ਉਹਦੇ ਖਿਲਾਫ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਛੇਤੀ ਤੋਂ ਛੇਤੀ ਕਰਨੀ ਚਾਹੀਦੀ ਆ। ਮੈਨੂੰ ਨਹੀਂ ਜਾਪਦਾ ਵੀ ਕੈਪਟਨ ਸਾਹਿਬ ਦੇ ਹੁੰਦਿਆਂ ਇਹ ਕਿਸੇ ਪੋਲੀਟੀਕਲ ਲੀਡਰ ਨੂੰ ਹੱਥ ਪਾਉਣ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦਾ ਪਰਿਵਾਰ ਅਤੇ ਬਾਦਲ ਪਰਿਵਾਰ ਦੀ ਸੰਧੀ ਹੋਈ ਹੈ, ਇਹ ਇੱਕ ਦੂਸਰੇ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕਰਨਗੇ। ਜੇਕਰ ਕੈਪਟਨ ਅਮਰਿੰਦਰ ਸਿੰਘ ਦੀ ਚੱਲੀ ਤਾਂ ਫਿਰ ਅਸਲ ਦੋਸ਼ੀ ਜਿਹੜੇ ਨੇ ਆਪਣੇ ਜਿਨ੍ਹਾਂ ਨੇ ਗੋਲੀ ਚਲਾਉਣ ਦੇ ਆਰਡਰ ਦਿੱਤੇ ਆ ਉਹਨਾਂ ਤੱਕ ਸਿੱਟ ਨਹੀਂ ਪਹੁੰਚ ਸਕੇ। ਮੈਂ ਤਾਂ ਪਹਿਲਾਂ ਹੀ ਕਹਿਤਾ ਵੀ ਦੋਵੇਂ ਰਲੇ ਨੇ, ਉਹ ਵਧਣੀ ਆ। ਇਹ ਸਮਝ ਲਓ ਕਿ ਹੁਣ ਵੀ ਜਿਹੜਾ ਰਾਜ ਭਾ ਗਿਆ ਇਹ ਰਲ ਮਿਲ ਕੇ ਚਲਾ ਰਹੇ ਆ। ਹੁਣ ਵੀ ਜਿੰਨੀ ਕੁ ਗੱਲ ਮਹਾਰਾਜੇ ਦੀ ਆ ਉਨੀ ਕੁ ਗੱਲ ਬਾਦਲ ਪਰਿਵਾਰ ਦੀ ਚੱਲਣ ਡਈ ਆ, ਕਿਉਂਕਿ ਇਹ ਰਲ ਮਿਲ ਕੇ ਪੰਜਾਬ ਨੂੰ ਲੁੱਟਦੇ ਆ। ਜਦੋਂ ਅਕਾਲੀ ਦਲ ਦਾ ਰਾਜ ਸੀ ਉਦੋਂ ਮਹਾਰਾਜੇ ਦੇ ਸਾਰੇ ਕੰਮ ਹੁੰਦੇ ਸੀ, ਉਹਨਾਂ ਦੇ ਬਿਜ਼ਨਸ ਚੱਲਦੇ ਸੀ, ਅਤੇ ਜੇ ਅੱਜ ਮਹਾਰਾਜੇ ਦਾ ਰਾਜ ਆ ਅਤੇ ਅੱਜ ਬਾਦਲਾਂ ਦੇ ਬਿਜ਼ਨਸ ਉਸੇ ਤਰ੍ਹਾਂ ਵੱਧ ਫੁੱਲ ਰਹੇ ਨੇ। ਇਹ ਲੋਕਾਂ ਨੂੰ ਮੂਰਖ ਬਣਾਇਆ ਆ, ਇਹ ਆਪਸ ਵਿੱਚ ਇਕੱਠੇ ਨੇ। ਬਾਦਲ ਕੋਈ ਕੁੱਤਾ ਨੂੰ ਅੰਦਰ ਕਰਾਂਗੇ ਤੇ ਕੈਪਟਨ ਉਹਨਾਂ ਨਾਲ ਮਿਲ ਵਰਤਣ ਦੀਆਂ ਗੱਲਾਂ ਕਰਦੇ ਨੇ।
ਰੰਧਾਵਾ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਉਹ ਇਹ ਗੱਲ ਆਉਂਦੇ ਕਿਉਂ ਆ, ਉਹਨਾਂ ਕਿਹਦੇ ਕੋਲੋਂ ਕਰਵਾਉਣਾ? ਸਰਕਾਰ ਤੇ ਉਹ ਨੇ, ਇੱਕ ਮਿਨਿਸਟਰ ਆਖੇ ਵੀ ਮੈਂ ਮੰਗ ਕਰਨਾ, ਆਹ ਗੱਲ ਹੋਣੀ ਚਾਹੀਦੀ ਆ, ਬੜੇ ਦੁੱਖ ਦੀ ਗੱਲ ਆ। ਉਹਨਾਂ ਨੇ ਤਾਂ ਕਰਨਾ ਕਿਹਨੂੰ ਕਹਿ ਰਹੇ ਆ? ਉਹ ਸਰਕਾਰ ਤੇ ਉਹਨਾਂ ਦੀ ਆ। ਜੇ ਉਹ ਸਹੀ ਮਾਇਨੇ 'ਚ ਦਿਲੋਂ ਕੋਈ ਕਾਰਵਾਈ ਕਰਨੀ ਚਾਹੁੰਦੇ ਆ ਫਿਰ ਕਰਕੇ ਵਿਖਾਉਣ, ਆਖਣ ਦਾ ਤਾਂ ਕੋਈ ਫਾਇਦਾ ਨਹੀਂ ਵੀ ਅਸੀਂ ਫੜ ਕੇ ਅੰਦਰ ਦੇਵਾਂਗੇ। ਕਿਉਂ ਨਹੀਂ ਦਿੱਤਾ? ਦੋ ਆਪਣੇ 2 ਸਾਲ ਹੋ ਗਏ, ਔਰ ਮੈਨੂੰ ਨਹੀਂ ਆਸ ਕੋਈ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਹੀ ਰਿਹਾ, ਕੋਈ ਬਦਲ ਕੇ ਆ ਜਾਵੇ ਮੈਂ ਕਹਿ ਨਹੀਂ ਸਕਦਾ, ਲੇਕਿਨ ਕੈਪਟਨ ਰਿਹਾ ਤਾਂ ਇਹ ਪੋਲੀਟੀਕਲ ਬੰਦਿਆਂ ਦੇ ਖਿਲਾਫ਼ ਕੋਈ ਕਾਰਵਾਈ ਨਹੀਂ।